ਆ ਮੇਰਾ ਕੱਪ ਚਾਹ ਦਾ ਆ, ਇਹ ਕਾਫੀ ਵੱਡਾ ਕੱਪ ਚਾਹ ਦਾ ਵਾ, ਤੇ ਜਦੋਂ ਵੀ ਚਾਹ ਦੀ ਪੱਤੀ ਮਹਿੰਗੀ ਹੋਊਗੀ ਨਾ, ਇਹਦੇ ਵਿੱਚ ਜੱਟਾਂ ਦਾ ਕਸੂਰ ਹੁੰਦਾ, ਕਿਉਂਕਿ ਉਹਨਾਂ ਨੇ ਚਾਹ ਪੀ 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 ਕੇ ਨਾ ਪੱਤੀ ਨੂੰ ਅੱਗ ਲਾ ਛੱਡਦੇ ਆ। ਪੱਤੀ ਜਦੋਂ ਵੀ ਮਹਿੰਗੀ ਹੋਵੇ, ਇਹਦੇ ਵਿੱਚ ਜੱਟ ਹੀ ਪੱਤੀ ਮਹਿੰਗੀ ਕਰਨਗੇ, ਕਿਉਂਕਿ ਉਹ ਚਾਹ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਹੁਣ ਜਿਹੜਾ ਮੇਰਾ ਕੱਪ ਆ ਨਾ ਚਾਹ ਦਾ, ਕਿਸੇ ਹੋਰ ਕੌਮ ਦਾ ਹੁੰਦਾ ਨਾ, ਤਾਂ ਉਹਦੇ ਵਿੱਚੋਂ ਚਾਰ ਕੱਪ ਬਣ ਜਾਣੇ ਸੀ ਚਾਹ ਦਾ। ਇਹਦੇ ਵਿੱਚ ਪਤਾ ਨਹੀਂ ਚਾਰ ਕੱਪਾਂ ਦੀ ਚਾਹ ਪੈਂਦੀ ਆ, ਜਿਹੜਾ ਮੈਂ ਇੱਕ ਹੀ ਕੱਪ ਬਣਾ ਲਿਆ ਵਾ, ਤੇ ਫਿਰ ਆਪੇ ਹੀ ਪੱਤੀ ਮਹਿੰਗੀ ਹੋਣੀ। ਸਹੀ ਦਾ ਗਏ ਸੀ ਮੰਡੀ, ਸਬਜ਼ੀ ਲੈਣ ਮੰਗਵਾਏ ਆ ਘਰ ਵਾਸਤੇ, ਆਲੂ ਮੰਗਵਾਏ ਆ ਨਵੇਂ, ਪਿਆਜ਼ ਮੰਗਵਾਏ ਆ, ਪਾਲਕ ਮੰਗਵਾਈ ਆ, ਫਿਰ ਆਲੂ ਗੋਭੀ ਮੰਗਵਾਏ ਆ, ਮਿਰਚਾਂ ਸਬਜ਼ ਲੈਣ ਤੇ ਇਹਨਾਂ ਨੂੰ ਸਬਜ਼ ਮਿਰਚਾਂ ਖਿਲਾਇਆ ਸੀ, ਕਿਉਂਕਿ ਦੇਸੀ ਮਿਰਚਾਂ ਦਾ ਸੀਜ਼ਨ ਨਾ ਬਿਲਕੁਲ ਹੀ ਐਂਡ ਹੋ ਗਿਆ ਵਾ, ਤਾਂ ਦੇਸੀ ਮਿਰਚਾਂ ਦਾ ਅਚਾਰ ਬਣਾਉਣਾ ਸੀ ਗਾਂ, ਫਿਰ ਉਹ ਮਿਰਚਾਂ ਆ ਜਾਂਦੀਆਂ ਵਾ ਦੂਸਰੀਆਂ ਜਿਹੜੀਆਂ ਹੁੰਦੀਆਂ ਲੰਬੀਆਂ, ਉਹਨਾਂ ਦਾ ਫਿਰ ਅਚਾਰ ਨਹੀਂ ਬਣਦਾ, ਤਾਂ ਮੈਂ ਕਿਹਾ ਮਿਰਚਾਂ ਲਿਆ ਦਿਉ ਦੇਸੀ, ਤਾਂ ਅਚਾਰ ਬਣਾ ਦਾਂ ਉਹਨਾਂ ਦਾ। ਸਹੀਦ ਮਿਰਚਾਂ ਦਾ ਅਚਾਰ ਪਸੰਦ ਆ, ਸਹੀਦ ਮਿਰਚਾਂ ਦਾ ਅਚਾਰ ਹੀ ਖਾਂਦੇ ਆ, ਤਾਂ ਮੈਂ ਤਾਂ ਹਮਾਈਓ ਸਹੀ ਦੂਸਰੇ ਅਚਾਰ ਖਾਂਦੇ, ਸਹੀਦ ਨੇ ਮਿਰਚਾਂ ਦਾ ਹੀ ਖਾਣਾ ਹੁੰਦਾ। ਫਿਰ ਇਹ ਕੱਦੂ ਲਿਆ ਏ, 10 ਕੱਦੂ ਅਸੀਂ ਸਾਰੀਆਂ ਗਰਮੀਆਂ ਤੋਂ ਪਕਾਏ ਨਹੀਂ, ਅਤੇ ਨਾ ਸਾਡੇ ਘਰ ਦੇ ਵਿੱਚ ਕੋਈ ਜ਼ਿਆਦਾ ਇਹਨਾਂ ਨੂੰ ਸ਼ੌਕ ਨਾ ਖਾਂਦਾ ਵਾ, ਅਤੇ ਸਹੀਦ ਕਹਿੰਦੇ ਅਸੀਂ ਦਾਲ ਪਾ ਕੇ ਤਾਂ ਬਣਾ ਲਿਓ, ਅਤੇ ਕੁੱਕਰ ਦੀ ਨਾ ਜਿਹੜੀ ਰਬੜ ਆ ਉਹ ਹੋਈ ਆ ਲੂਜ਼, ਅਤੇ ਕੁੱਕਰ ਦੇ ਵਿੱਚ ਦਾਲ ਅਤੇ ਕੱਦੂ ਬਣਨੇ ਸੀਗੇ। ਅਤੇ ਹੁਣ ਮੈਂ ਨਾ ਸਹੀਦ ਨੂੰ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਨਾ ਕੱਦੂ ਜੇ ਬਣਾਉਣੇ ਹੀ ਆ ਨਾ, ਹੁਣ ਸੁੱਟਣੇ ਤਾਂ ਨਹੀਂ ਨਾ, ਚੱਲ ਤੁਸੀਂ ਲਿਆਂਦੇ ਬਣਾ ਹੀ ਲੈਂਦੇ ਹਾਂ, ਅਤੇ ਚਿਕਨ ਲਿਆ ਦਿਉ, ਫਿਰ ਮੈਂ ਚਿਕਨ ਅਤੇ ਕੱਦੂ ਬਣਾ ਲਾਂ, ਖਾਣੇ ਤਾਂ ਹੁਣ ਹੈ ਹੀ ਆ ਨਾ, ਅਤੇ ਦਾਲ ਪਾ ਕੇ ਫਿਰ ਕਿਸੇ ਦਿਨ ਬਣਾ ਲਾਂਗੇ, ਜਦੋਂ ਕੁੱਕਰ ਦੀ ਰਬੜ ਆਏਗੀ ਨਾ, ਅਤੇ ਫਿਰ ਦਾਲ ਪਾ ਕੇ ਬਣਾ ਲਾਂਗੇ, ਅੱਜ ਚਿਕਨ ਪਾ ਕੇ ਬਣਾ ਲੈਂਦੇ ਹਾਂ। ਹੁਣ ਲਿਆਂਦੀ ਸਬਜ਼ੀ ਜਿਹੜੀ ਆ, ਹੁਣ ਸੁੱਟਣੀ ਤਾਂ ਨਹੀਂ ਨਾ। ਲੱਗੇ ਹਾਂ ਜੀ ਚਿਕਨ ਅਤੇ ਕੱਦੂ ਬਣਾਉਣ, ਆਇਲ ਸਾਡਾ ਬਿਲਕੁਲ ਗਰਮ ਹੋ ਗਿਆ ਵਾ, ਹੁਣ ਅਸੀਂ ਇਹਦੇ ਵਿੱਚ ਨਾ ਪਿਆਜ਼ਾਂ ਨੂੰ ਤਾਂ ਚੰਗੀ ਤਰ੍ਹਾਂ ਨਾ ਭੁੰਨਣਾ ਵਾ ਇਹਦੇ ਵਿੱਚ, ਆਇਲ ਸਬਜ਼ ਮਿਰਚਾਂ ਇਹਦੇ ਵਿੱਚ ਐਡ ਕਰ ਦਿੰਦੇ ਹਾਂ, ਪਿਆਜ਼ ਨਾ ਲਾਈਟ ਬਰਾਊਨ ਹੋ ਗਿਆ ਵਾ, ਹੁਣ ਇਹਦੇ ਵਿੱਚ ਨਾ ਅਸੀਂ ਆ ਮਸਾਲੇ ਪਾਉਂਦੇ, ਖੁਸ਼ਕ ਮਸਾਲੇ, ਨਮਕ ਆ, ਹਲਦੀ ਆ, ਕੁੱਟੀਆਂ ਹੋਈਆਂ ਮਿਰਚਾਂ ਵਾ, ਤੜਕਾ ਸਾਡਾ ਬਿਲਕੁਲ ਰੈਡੀ ਹੋ ਗਿਆ ਵਾ, ਤੇ ਹੁਣ ਨਾ ਅਸੀਂ ਇਹਦੇ ਵਿੱਚ ਮੁਰਗੀ ਲੱਗੇ ਹਾਂ ਸੱਟਣ, ਹੁਣ ਅਸੀਂ ਮੁਰਗੀ ਨੂੰ ਨਾ ਚੰਗੀ ਤੜਾਂ ਤੜਫਾਉਣਾ ਆ, ਰਿੱਝਦੇ ਰਿੱਝਦੇ ਆਇਲ ਦੇ ਵਿੱਚ ਨਾ ਮੁਰਗੀ ਨੂੰ ਤੜਫਾ ਤੜਫਾ ਕੇ ਭੁੰਨਣਾ, ਜਿੰਨੀ ਜ਼ਿਆਦਾ ਇਹ ਆਇਲ ਦੇ ਵਿੱਚ ਤੜਫੇਗੀ ਨਾ ਉੱਨੀ ਜਲਦੀ
ਗਲ ਜਾਏਗੀ। ਹੁਣ ਤੂੰ ਇੱਥੇ ਗਲ ਸੜ ਤੇ ਮੈਂ ਨਾ ਕੱਦੂ ਧੋ ਲਿਆਵਾਂ। ਸਬਜ਼ੀਆਂ ਹੀ ਇਸ ਤਰ੍ਹਾਂ ਦੀਆਂ ਨੇ ਕਿ ਜੇ ਨਾ ਵਿੱਚ ਚਿਕਨ ਪਾਈਏ ਤਾਂ ਫਿਰ ਹੀ ਸਬਜ਼ੀਆਂ ਖਾਣ ਵਾਲੀਆਂ ਬਣਦੀਆਂ। ਵਿੱਚ ਇੰਨੇ ਮਸਾਲੇ ਪਾਈ ਦੇ, ਚਿਕਨ ਪਾਈ ਦੀਏ ਤਾਂ ਹੀ ਜਾ ਕੇ ਸਬਜ਼ੀਆਂ ਖਾਣ ਵਾਲੀਆਂ ਹੁੰਦੀਆਂ। ਪਤਾ ਨਹੀਂ ਕਿੱਥੋਂ ਆਉਂਦੀਆਂ ਸਬਜ਼ੀਆਂ। ਸਬਜ਼ੀਆਂ ਦੇ ਵਿੱਚ ਕੋਈ ਜ਼ਾਇਕੇ ਨਹੀਂ ਹੈਗੇ ਜਿਸ ਤਰ੍ਹਾਂ ਪਹਿਲੇ ਜ਼ਾਇਕੇ ਹੁੰਦੇ ਸੀ। ਮੁਰਗੀ ਨੂੰ ਨਾ ਅਸੀਂ ਕਾਫੀ ਦੇਰ ਨਾ ਆਇਲ ਦੇ ਵਿੱਚ ਤੜਕੇ ਦੇ ਵਿੱਚ ਤੜਪਾਇਆ ਵਾ। ਹੁਣ ਤੜਫ ਤੜਫ ਕੇ ਨਾ ਮੁਰਗੀ ਨੇ ਆਇਲ ਛੱਡ ਦਿੱਤਾ ਵਾ। ਸਮਝ ਲਓ ਕਿ ਮੁਰਗੀ ਦੀ ਭੁਨਾਈ ਅੱਛੀ ਤਰ੍ਹਾਂ ਹੋ ਗਈ ਆ। ਜਦੋਂ ਆਇਲ ਮੁਰਗੀ ਛੱਡਦੇ ਨਾ, ਸਮਝ ਲਓ ਕਿ ਮੁਰਗੀ ਭੁਨਾਈ ਤੋਂ ਨਾ ਸੈੱਟ ਹੋ ਗਈ ਆ। ਹੁਣ ਨਾ ਅਸੀਂ ਇਹਦੇ ਵਿੱਚ ਪਾਉਂਦੇ ਹਾਂ ਕੱਦੂ, ਜਿਹੜੇ ਕੱਦੂ ਸਹੀਦ ਨੇ। ਪੂਰੀਆਂ ਗਰਮੀਆਂ ਨਹੀਂ ਸਨ ਆਉਂਦੇ, ਉਹ ਅੱਜ ਕੱਦੂ ਲੈ ਆਇਆ। ਹੁਣ ਗਰਮੀਆਂ ਦੇ ਲੋਕਾਂ ਨੇ ਛੱਡੇ ਕੱਦੂ ਅਤੇ ਸਹੀਦ ਨੇ ਅੱਜ ਕੱਦੂ ਲੈ ਆਉਂਦੇ। ਚਲੋ ਕੋਈ ਗੱਲ ਨਹੀਂ, ਆਉਂਦੇ ਆ ਤਾਂ ਅਸੀਂ ਪੂਰੀਆਂ ਰੀਝਾਂ ਨਾਲ ਪਕਾ ਛੱਡਣੇ ਆ ਅਤੇ ਸਾਰੇ ਮਸਾਲੇ ਪਾ ਦਾਂਗੇ ਅਤੇ ਫਿਰ ਕੱਦੂ ਆਪ ਹੀ ਖਾਣ ਨੂੰ ਦਿਲ ਕਰੇਗਾ। ਗਰਮੀਆਂ 'ਚ ਕੱਦੂ ਤਾਂ ਨਹੀਂ ਸੀ ਆਉਂਦੇ ਕਿਉਂਕਿ ਸਾਡੇ ਘਰ ਨਾ ਕੱਦੂ ਬਹੁਤ ਹੀ ਥੋੜ੍ਹਾ ਖਾਇਆ ਜਾਂਦਾ ਹੈ। ਅਤੇ ਜੇ ਕਦੀ ਲੈ ਆਏ ਤਾਂ ਫਿਰ ਇਸ ਗਰਮੀਆਂ 'ਚ ਬਿਲਕੁਲ ਹੀ ਨਹੀਂ ਨਾ ਆਇਆ ਸਾਡੇ ਘਰ ਕੱਦੂ। ਉਹਨਾਂ ਨੂੰ ਪਤਾ ਸੀ ਕਿ ਕਿਸੇ ਨੇ ਨਹੀਂ ਖਾਣਾ। ਅਤੇ ਪਿਛਲੇ ਸਾਲ ਸਾਡੇ ਨਾ ਕਿਚਨ ਗਾਰਡਨ ਦੇ ਵਿੱਚ ਨਾ ਬੜੇ ਕੱਦੂ ਲੱਥਦੇ ਹੁੰਦੇ ਸੀ। ਉਦੋਂ ਫਿਰ ਅਸੀਂ ਕਦੀ ਦਾਲ ਪਾ ਕੇ ਬਣਾ ਲੈਣਾ, ਕਦੀ ਚਿਕਨ ਪਾ ਕੇ ਬਣਾ ਲੈਣਾ। ਹੁਣ ਇਹਦੇ ਵਿੱਚ ਨਾ ਮੈਂ ਹਸਬੇ ਜ਼ਰੂਰਤ ਥੋੜ੍ਹਾ ਜਿਹਾ ਪਾਣੀ ਪਾਉਣ ਦੀ, ਜਿੰਨੇ ਕੁ ਨਾ ਕੱਦੂ ਅਤੇ ਚਿਕਨ ਅੱਛੀ ਤਰ੍ਹਾਂ ਬਣ ਜਾਣ। ਅਤੇ ਮੈਂ ਨਾ ਹੁਣ ਨਾ ਮੈਂ ਹਾਂਡੀ ਪੱਕਣੀ ਰੱਖ ਦਿੱਤੀ ਹੈ। ਤਾਂ ਹਾਂਡੀ ਪੱਕਦਿਆਂ ਪੱਕਦਿਆਂ ਨਾ ਤਾਂ ਮੈਂ ਆਪਣੇ ਸਾਹਿਬਜ਼ਾਦੇ ਹਮਾਇਓ ਸਈਦ ਵਾਸਤੇ, ਸੋਹਣੇ ਜੇ ਪੁੱਤਰ ਵਾਸਤੇ ਨਾ ਮੈਂ ਰੋਟੀਆਂ ਬਣਾ ਲਾਂ। ਅਤੇ ਫਿਰ ਨਾ ਉਹ ਅਕੈਡਮੀ 'ਚੋਂ ਆ ਜਾਣਾ, 9 ਵਜ ਗਏ ਆ। ਅਤੇ ਉਹ 4 ਵਜੇ ਦਾ ਗਿਆ ਹੁੰਦਾ ਅਤੇ 9 ਵਜੇ ਆਉਂਦਾ। ਤਾਂ ਫਿਰ ਆ ਕੇ ਸਭ ਤੋਂ ਪਹਿਲੇ ਉਹੀ ਮੈਨੂੰ ਗੱਲ ਪੁੱਛਦਾ, ਅੰਮੀ ਰੋਟੀ ਨਹੀਂ ਪਕਾਈ? ਅਤੇ ਫਿਰ ਮੈਂ ਅੱਗੋਂ ਕੀ ਬਹਾਨਾ ਪਾ ਲੈਂਦੀ ਹਾਂ, ਦੇਖਦੀ ਤਾਂ ਮੈਂ ਰਹਿੰਦੀ ਮੋਬਾਇਲ, ਤਾਂ ਫਿਰ ਮੈਂ ਇਹੀ ਬਹਾਨਾ ਪਾ ਲੈਂਦੀ। ਹਮਾਇਓ ਮੇਰਾ ਸਿਰ ਬੜਾ ਹੀ ਦੁਖਦਾ ਸੀਗਾ ਤਾਂ ਮੈਂ ਹੁਣੇ ਨਾ ਡੈਸਪਰੀਨ ਦੀਆਂ ਗੋਲੀਆਂ ਖਾਧੀਆਂ ਵਾਂ ਅਤੇ ਹੁਣੇ ਨਾ ਸਿਰ 'ਚ ਦਰਦ ਹਟੀ ਆ ਅਤੇ ਮੈਂ ਲੱਗੀ ਹਾਂ ਪਕਾਉਣ। ਤਾਂ ਅੱਜ ਮੈਂ ਕਿਹਾ ਚੱਲ ਨਾ ਹੀ ਬਹਾਨਾ ਬਣਾਵਾਂ ਅਤੇ ਚਲੋ ਹਾਂਡੀ ਬਣਦਿਆਂ ਬਣਦਿਆਂ ਨਾ ਮੈਂ ਰੋਟੀਆਂ ਪਕਾ ਲਾਂ ਆਪਣੇ ਸੋਹਣੇ ਜੇ ਹਮਾਇਓ ਵਾਸਤੇ। ਵਿਚਾਰਾ ਸਾਰਾ ਦਿਨ ਸਕੂਲੋਂ ਘਰ ਅਤੇ ਘਰੋਂ ਅਕੈਡਮੀ, ਉੱਥੋਂ ਫਿਰ ਘਰ, ਫਿਰ ਰਾਤ ਸਾਰੀ ਰਾਤ ਸਬਕ ਯਾਦ ਕਰਦਾ ਰਹਿੰਦਾ ਆ। ਹੁਣ ਨਾ ਮੈਂ ਰੋਟੀ ਬਣਾ ਕੇ ਤਾਂ ਲੈ ਆਈ ਹਾਂ ਅਤੇ ਹੁਣ ਨਾ ਮੈਨੂੰ ਬੜਾ ਇੰਤਜ਼ਾਰ ਆ ਆਪਣੇ ਹਮਾਇਓ ਸਈਦ ਦਾ ਕਿ ਜਲਦੀ ਜਲਦੀ ਅਕੈਡਮੀਓ ਆ ਜਾਵੇ ਤਾਂ ਆ ਕੇ ਤਾਂ ਰੋਟੀ ਖਾ ਲਏ। ਬੜੀ ਦੇਰ ਦੀ ਨਾ ਮੈਂ ਆਪਣੇ ਹਮਾਇਓ ਦਾ ਇੰਤਜ਼ਾਰ ਕਰਦੀ ਹਾਂ। ਇਹ ਸਾਲਣਾ ਜਿਹੜਾ ਮੈਂ ਬਣਾਇਆ ਵਾਂ ਕੱਦੂ ਦਾ ਅਤੇ ਚਿਕਨ ਦਾ, ਇਹ ਸਾਲਣਾ ਜਿਹੜਾ ਮੈਂ ਅੱਜ ਬਣਾਇਆ ਵਾਂ ਚਿਕਨ ਅਤੇ ਕੱਦੂ ਅਤੇ ਸਾਰੀਆਂ ਰੀਝਾਂ ਲਾ ਕੇ ਮੈਂ ਸਾਲਣ ਬਣਾਇਆ ਵਾਂ ਅਤੇ ਡੱਬੇ ਵਾਲੇ ਮਸਾਲੇ ਵੀ ਪਾਏ ਆ। ਚਿਕਨ ਨੂੰ ਵੀ ਚੰਗੀ ਤਰ੍ਹਾਂ ਫੜਕਾਇਆ ਸੀਗਾ ਤੜਕੇ ਦੇ ਵਿੱਚ ਅਤੇ ਬਹੁਤ ਜ਼ਿਆਦਾ ਹੀ ਨਾ ਮਜ਼ੇਦਾਰ ਸਾਲਣ ਬਣ ਗਿਆ ਕਿਉਂਕਿ
ਦਿਲ ਲਾ ਕੇ ਸਾਲਣ ਬਣਾਇਆ ਵਾ ਨਾ, ਅਤੇ ਇਹ ਰੋਟੀਆਂ ਵਾ ਮੈਂ ਤਾਂ ਹਮਾਈ ਹਾਂ, ਸਈਦ ਨੇ ਤਾਂ ਖਾ ਲਈ ਸੀ ਟਾਈਮੋ ਟਾਈਮ, ਅਤੇ ਹੁਣ ਸਈਦ ਆਏ ਆ ਉਹ ਖਾਣ ਲੱਗੇ ਆ। ਖਾ ਕੇ ਦੱਸਿਓ ਹਾਂ ਕਿੱਦਾਂ ਦਾ ਸਾਲਣਾ, ਸਾਨੂੰ ਤਾਂ ਬਹੁਤ ਹੀ ਵਧੀਆ ਲੱਗਾ। ਸਈਦ ਇੱਥੋਂ ਖਾਓ ਨਾ ਰੋਟੀ। ਬਹੁਤ ਜ਼ਿਆਦਾ ਸਹੀ ਅੱਛਾ ਬਣਿਆ ਵਾ, ਕਿਉਂਕਿ ਝੂਠੀਆਂ ਤਰੀਫਾਂ ਨਹੀਂ ਸੱਚੀਆਂ ਤਰੀਫਾਂ ਕਰਦੀਆਂ। ਮੈਂ ਹਮਸਾਇਆ ਘਰੋਂ ਨਾ ਸਾਡੇ ਘਰ ਮੁਰਗੀ ਦਾ ਸਾਲਣ ਆਇਆ, ਦੇਸੀ ਮੁਰਗੀ ਦਾ, ਅਤੇ ਉਹਦੇ ਨਾਲੋਂ ਇਹਦਾ ਟੇਸਟ ਬਹੁਤਾ ਮਜ਼ੇਦਾਰ ਆ, ਕਿਉਂਕਿ ਇਹਦੇ 'ਤੇ ਸਾਰੀਆਂ ਰੀਝਾਂ ਜਲਾ ਦਿੱਤੀਆਂ ਸੀ। ਮੈਂ ਕਿਹਾ ਸਈਦ ਕੱਦੂ ਲੈ ਕੇ ਆਏ ਆ ਨਾ ਮੰਡੀਓਂ, ਅਤੇ ਪੂਰੀਆਂ ਗਰਮੀਆਂ ਸਾਡੇ ਘਰ ਕੱਦੂ ਨਹੀਂ ਬਣਿਆ, ਅਤੇ ਮੈਂ ਕਿਹਾ ਹੁਣ ਸਿੱਟਣਾ ਕੀ ਆ, ਲੈ ਕੇ ਆਏ ਆ ਤਾਂ ਚੱਲ ਬਣਾ ਲੈਂਦੇ ਹਾਂ। ਚਿਕਨ ਨੇ ਤੈਨੂੰ ਚਾਰ ਚਾਂਦ ਲਾ ਦਿੱਤੇ ਆ।